ਮੇਰਾ ਜਿਹੜਾ ਮੋਟਿਵ ਜਿਹੜਾ ਹੈਗਾ ਉਹ ਹੈਗਾ ਕਿ ਸਾਨੂੰ ਆਪਣੀ ਸਿੱਖੀ ਨੂੰ ਬਚਾਉਣਾ ਹੈ, ਪੰਜਾਬ ਨੂੰ ਬਚਾਉਣਾ ਹੈ, ਪੰਜਾਬ ਦੀ ਜਿਹੜੀ ਤ੍ਰਾਸਦੀ ਆ, ਵੱਧਦੀ ਜਿਹੜੀ ਕ੍ਰਿਸ਼ਨਿਟੀ ਜਿਹੜੀ ਹੈਗੀ ਆ ਉਹਦੇ ਅੰਗੇਜ਼ ਜਿਹੜਾ ਕਹਿ ਸਕਦੇ ਤੁਸੀਂ, ਜਾਂ ਉਹਨਾਂ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਸਾਡੀ ਸੰਸਕ੍ਰਿਤੀ ਕੀ ਆ, ਸਾਡਾ ਸਮਾਜ ਕੀ ਆ, ਉਹਦੇ ਵਾਸਤੇ ਇਹਨਾਂ ਪ੍ਰੋਗਰਾਮਾਂ ਦਾ ਹੋਣਾ ਬਹੁਤ ਜ਼ਰੂਰੀ ਆ। ਅੱਜ ਬੜੇ ਸੌਫਟ ਢੰਗ ਦੇ ਨਾਲ ਸਾਡੀ ਸਿੱਖੀ ਨੂੰ ਭੁਣਾ ਲੱਗਿਆ ਹੋਇਆ, ਸਮੂਹ ਪੰਜਾਬ ਨੂੰ ਭੁਣਾ ਲੱਗਿਆ ਕਿ ਉਹਨਾਂ ਨੂੰ ਬੜੇ ਸੌਫਟ ਤਰੀਕੇ ਦੇ ਨਾਲ ਕ੍ਰਿਸ਼ਚਨ ਬਣਾਇਆ ਜਾ ਰਿਹਾ, ਅਤੇ ਜੇ ਅੱਜ ਉਹਨਾਂ ਦੇ ਅੰਗੇਜ਼ ਅਸੀਂ ਨਹੀਂ ਉੱਠਾਂਗੇ, ਨਹੀਂ ਬੋਲਾਂਗੇ, ਤਾਂ ਆਉਣ ਵਾਲੇ ਸਮੇਂ ਗੁਰੂ ਦੀ ਦਰਗਾਹ ਦੇ ਸਾਡੇ ਛਿੱਤਰ ਪੈਣਗੇ। ਇਸ ਚੀਜ਼ ਨੂੰ ਲੈ ਕੇ ਤੁਹਾਨੂੰ ਨਹੀਂ ਲੱਗਦਾ ਵੀ ਚਟਿੰਗ ਸਿੰਘ ਜਦੋਂ ਹਿੰਦੂ ਨਵਰਸ਼ ਨੂੰ ਲੈ ਕੇ ਲੋਕਾਂ ਨੂੰ ਲਾਮਬੱਧ ਕਰ ਰਹੇ ਨੇ ਅਤੇ ਕੱਲ੍ਹ ਨੂੰ ਸਿੱਖੀ ਸਵਾਲ ਚੁੱਕੇ ਸੀ? ਬੋਲਣ ਵਾਲੇ ਨੇ ਇਹ ਉਹ ਲੋਕ ਨੇ ਜਿਹਨਾਂ ਨੂੰ ਨਵਾਜ਼ ਕਰਨੀ ਤਾਂ ਇਹ ਪਸੰਦ ਕਰਦੇ ਨੇ, ਬਹੁਤ ਸਾਰੇ ਬਣ ਤੁਸੀਂ ਪਿਛਲੇ ਸਮੇਂ ਦੇ ਵਿੱਚ ਸੋਸ਼ਲ ਮੀਡੀਆ 'ਤੇ, ਲੇਕਿਨ ਜੇ ਮੰਦਰ ਵਿੱਚ ਜਾ ਕੇ ਅਸੀਂ ਆਪਦੀ ਆਪਦਾ ਕਰ ਲਾਂਗੇ, ਕਿਆ ਮਾੜਾ ਹੈ? ਸਾਡਾ ਆਪਣਾ ਸਮਾਜ ਆ, ਸਾਡੇ ਆਪਣੇ ਭਾਈਚਾਰੇ ਦੇ ਲੋਕ ਨੇ। ਸਟੇਜ 'ਤੇ ਚੱਪਲ ਤਾਰ ਦੀ ਕਹਿੰਦੇ ਵੀ ਮੈਂ ਕਿਤੇ ਨਾ ਕਿਤੇ ਹੁਕਮ ਵਰਤ ਸ਼ੁਰੂ ਕਰਦਾ, ਇਹ ਚੀਜ਼ ਲੱਗਦਾ ਤੁਹਾਨੂੰ ਇਹ ਕਿਹੜੇ ਪਾਸੇ ਨੂੰ ਜਾਊ? ਗੱਲਾਂ ਕਰਨੀਆਂ ਉਹਨਾਂ ਨੂੰ ਮੁਸਲਮਾਨ ਕੋਈ ਜੱਫੀ ਪਾ ਲਵੇ, ਉਹਦੇ ਨਾਲ ਜਾ ਕੇ ਰੋਜ਼ਾ ਖਿਲਾ ਦਿੰਦੇ ਨੇ, ਉਹਨਾਂ ਦੇ ਨਾਲ ਨਵਾਜ਼ਾਂ ਲਵਾ ਦਿੰਦੇ, ਗੁਰਦੁਆਰਿਆਂ ਵਿੱਚ ਰੋਜ਼ੇ ਖੁੱਲ੍ਹਦੇ ਨਜ਼ਰ ਆ ਰਹੇ ਨੇ, ਗੁਰਦੁਆਰਿਆਂ ਵਿੱਚ ਉਹਨਾਂ ਨੂੰ ਸਮਾਨ ਜਿਹੜਾ ਹੈਗਾ ਖਾਣ ਪੀਣ ਦਾ ਉਹਨਾਂ ਨੂੰ ਪਰੋਸਿਆ ਜਾ ਰਿਹਾ। ਜੇ ਮੈਂ ਕੋਈ ਨਵਰਾਤਰਿਆਂ ਦੇ ਵਿੱਚ ਆਪਣੇ ਹਿੰਦੂ ਸਮਾਜ, ਆਪਣੇ ਸਨਾਤਨ ਭਾਈਆਂ ਵਾਸਤੇ ਕੋਈ ਕਾਰਜ ਕਰਦਾ ਤਾਂ ਉਹ ਚੁੱਭਦਾ, ਕਹਿੰਦੇ ਤੂੰ ਮਾਰੇ ਅਤੇ ਠੋਲੇ ਅਤੇ ਅਸੀਂ ਮਾਰੇ ਭੋਲੇ ਭੋਲੇ। ਸਤਿ ਸ਼੍ਰੀ ਅਕਾਲ। ਹਿੰਦੂ ਨਵਵਰਸ਼ ਦੀ ਸ਼ੁਰੂਆਤ ਹੋ ਰਹੀ ਹੈ, ਇਸ ਨੂੰ ਲੈ ਕੇ ਆਮ ਤੌਰ 'ਤੇ ਤੁਸੀਂ ਦੇਖਿਆ ਕਿ ਹਰ ਸਾਲ ਇੱਕ ਸ਼ੁਰੂਆਤ ਤਾਂ ਕਰੀ ਜਾਂਦੀ ਹੈਗੀ, ਪਰ ਉਹਨੂੰ ਵੱਡੇ ਤੌਰ 'ਤੇ ਦੇਖਿਆ ਜਾਵੇ ਅੱਜ ਵੀ ਲੋਕ 31 ਦਸੰਬਰ ਦੀ ਰਾਤ ਨੂੰ ਆ ਜਸ਼ਨ ਮਨਾਉਂਦੇ ਨੇ। ਦੂਜੇ ਪਾਸੇ ਅੱਜ ਗੱਲ ਕਰਾਂਗੇ ਹਰਜੀਤ ਨਿੰਗ ਸਿੰਘ, ਹਰਜੀਤ ਸਿੰਘ ਰਸੂਲਪੁਰ ਸਾਡੇ ਨਾਲ ਨੇਗੇ ਉਹਨਾਂ ਦੇ ਨਾਲ, ਕਿਉਂਕਿ ਇਹਨਾਂ ਨੇ ਸਪੀਚ ਦਿੱਤੀ ਉਹਦੇ ਵਿੱਚ ਕਈ ਚੀਜ਼ਾਂ ਸੀਗੀਆਂ, ਸਟੈਪ ਬਾਏ ਸਟੈਪ ਗੱਲ ਕਰਾਂਗੇ। ਅਬਾ ਜੀ, ਪਹਿਲਾਂ ਤਾਂ ਤੁਸੀਂ ਜੇ ਕਿਹਾ ਜਾਵੇ ਹਿੰਦੂ ਨਵਵਰਸ਼ ਨੂੰ ਲੈ ਕੇ ਬੜਾ ਲੋਕਾਂ ਨੂੰ ਜਾਗਰੂਕ ਕਰ ਰਹੇ ਹੋ, ਖਾਸ ਤੌਰ 'ਤੇ ਜੇ ਪੰਜਾਬ 'ਚ ਗੱਲ ਕਰੀਏ ਤਾਂ ਜਦੋਂ ਇੱਕ ਨਿੰਗ ਸਿੰਘ ਹਿੰਦੂ ਨਵਰਸ਼ ਨੂੰ ਲੈ ਕੇ ਗੱਲ ਕਰਦੇ ਨੇ ਲੋਕਾਂ ਦੀ ਬੜੀ ਅਟਰੈਕਸ਼ਨ ਜਾਂਦੀ ਆ, ਹੁਣ ਇਹਨੂੰ ਕਿਹੜੇ ਪਾਸੇ ਨੂੰ ਸਮਝਿਆ ਜਾਵੇ ਕਿ ਆਖਰ ਤੁਸੀਂ ਇੱਕ ਇਹਨੂੰ ਭਾਈਵਾਲਤਾ ਦੇ ਤੌਰ 'ਤੇ ਦੇ ਉੱਤੇ ਜਿਹੜੇ ਦਿਸ਼ਾ ਭਟਕ ਰਹੀ ਆ ਉਹਦੇ ਕਰਕੇ, ਜਾਂ ਇੱਕ ਕੋਈ, ਕਿਉਂਕਿ ਤੁਹਾਡੇ 'ਤੇ ਪਹਿਲਾਂ ਵੀ ਗੱਲਾਂ ਹੁੰਦੀਆਂ ਰਹੀਆਂ ਜਦੋਂ ਤੁਸੀਂ ਅਯੋਧਿਆ ਗਏ ਕਿ ਇੱਕ ਪੂਰਾ ਏਜੰਡਾ ਲੈ ਕੇ ਚੱਲੇ ਨੇ? ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਮੇਰਾ ਜਿਹੜਾ ਮੋਟਿਵ ਜਿਹੜਾ ਹੈਗਾ ਉਹ ਹੈਗਾ ਕਿ ਸਾਨੂੰ ਆਪਣੀ ਸਿੱਖੀ ਨੂੰ ਬਚਾਉਣਾ ਹੈ, ਪੰਜਾਬ ਨੂੰ ਬਚਾਉਣਾ ਹੈ, ਗੁਰੂ ਨਾਨਕ ਦਾ ਝੰਡਾ ਪੂਰੀ ਦੁਨੀਆ 'ਚ ਬੁਲੰਦ ਕਰਨਾ, ਕਿਉਂਕਿ ਹਿੰਦੂ ਸਨਾਤਨ ਸਾਡੇ ਭੈਣ ਭਾਈ ਨੇ, ਮੇਰੇ ਬਹੁਤ ਸਾਰੇ ਰਿਸ਼ਤੇਦਾਰ ਦੋਸਤ ਨੇ ਜਿਹੜੇ ਜਿਨ੍ਹਾਂ ਦੇ ਆਪਸੀ ਸਾਡੇ ਵਿਆਹ ਹੋਏ ਵੇ ਨੇ, ਅਸੀਂ ਕਿਸੇ ਨੂੰ ਡਿਨਾਏ ਨਹੀਂ ਕਰ ਸਕਦੇ। ਜਿਹੜਾ ਦੂਸਰਾ ਇਹਨੂੰ ਤਾਂ ਅੱਗੇ ਲੈ ਕੇ ਚੱਲ ਰਹੇ ਹਾਂ, ਚਾਹੇ ਇੱਕ ਚੇਤ ਆ ਚਾਹੇ ਪਹਿਲਾ ਨਵਰਾਤਰਾ ਹੈਗਾ, ਘੱਟੋ ਘੱਟ ਸਾਡਾ ਆਪਸੀ ਦੋ ਭਾਈਆਂ ਦਾ ਇੱਕ ਰਿਸ਼ਤਾ ਹੈ ਇਹ। ਲੇਕਿਨ ਦੂਜੇ ਪਾਸੇ ਜਿਹੜੀ ਪੰਜਾਬ ਦੀ ਜਿਹੜੀ ਤ੍ਰਾਸਦੀ ਆ, ਵੱਧਦੀ ਜਿਹੜੀ ਕ੍ਰਿਸ਼ਨਿਟੀ ਜਿਹੜੀ ਹੈਗੀ ਆ, ਉਹਦੇ ਅੰਗੇਜ਼ ਜਿਹੜਾ ਕਹਿ ਸਕਦੇ ਹਾਂ ਤੁਸੀਂ, ਜਾਂ ਉਹਨਾਂ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਸਾਡੀ ਸੰਸਕ੍ਰਿਤੀ ਕੀ ਆ, ਸਾਡਾ ਸਮਾਜ ਕੀ ਆ, ਉਹਦੇ ਵਾਸਤੇ ਇਹਨਾਂ ਪ੍ਰੋਗਰਾਮਾਂ ਦਾ ਹੋਣਾ ਬਹੁਤ ਜ਼ਰੂਰੀ ਆ, ਅਤੇ ਮੈਂ ਇਹਨਾਂ ਪ੍ਰੋਗਰਾਮਾਂ 'ਚ ਹਮੇਸ਼ਾ ਵੱਧ ਚੜ੍ਹ ਕੇ ਹਿੱਸਾ ਲਵਾਂਗਾ। ਔਰੰਗਜ਼ੇਬ ਜਦੋਂ ਆਏ, ਜਦੋਂ ਮੁਗਲ ਆਏ, ਮੁਗਲ ਮੀਨਸ ਇਸਲਾਮ ਹਿੰਦੁਸਤਾਨ ਨੂੰ ਆਇਆ, ਉਹ ਬੇਅੰਤ ਦੰਡ ਸਜਾਵਾਂ ਦੇ ਕੇ ਆਇਆ, ਸਾਡੇ ਸਿੰਘਾਂ ਦੇ ਬੰਦ ਕੱਟੇ ਗਏ, ਖੋਪਰੀਆਂ
ਲਹਾਈਆਂ, ਚੜਖਿਆਂ ਚੜ੍ਹੇ, ਨੀਹਾਂ 'ਚ ਚਿਣੇ, ਇਹ ਜਿੰਨੇ ਸ਼ਹਾਦਤਾਂ ਹੋਈਆਂ ਉਹ ਇਸਲਾਮ ਨੂੰ ਕਬੂਲ ਕਰਨ ਵਾਸਤੇ ਹੀ ਉਹਨਾਂ ਨੇ ਕੀਤੀਆਂ ਨੇ ਕਿ ਅਸੀਂ ਇਸਲਾਮ ਨਹੀਂ ਕਬੂਲ ਕਰਨਾ। ਅੱਜ ਬੜੇ ਸੌਫਟ ਢੰਗ ਦੇ ਨਾਲ ਸਾਡੀ ਸਿੱਖੀ ਨੂੰ ਘੁਣਾ ਲੱਗਿਆ ਹੋਇਆ, ਸਮੂਹ ਪੰਜਾਬ ਨੂੰ ਘੁਣਾ ਲੱਗਿਆ ਕਿ ਉਹਨਾਂ ਨੂੰ ਬੜੇ ਸੌਫਟ ਤਰੀਕੇ ਦੇ ਨਾਲ ਕ੍ਰਿਸਚਨ ਬਣਾਇਆ ਜਾ ਰਿਹਾ। ਅਤੇ ਜੇ ਅੱਜ ਉਹਨਾਂ ਦੇ ਅੰਗੇਸਟ ਅਸੀਂ ਨਹੀਂ ਉੱਠਾਂਗੇ, ਨਹੀਂ ਬੋਲਾਂਗੇ, ਤਾਂ ਆਉਣ ਵਾਲੇ ਸਮੇਂ ਗੁਰੂ ਦੀ ਦਰਗਾਹ ਦੇ ਵੀ ਸਾਡੇ ਛਿੱਤਰ ਪੈਣਗੇ। ਸਾਨੂੰ ਸਾਰਿਆਂ ਨੂੰ ਮਿਲ ਕੇ ਇਹਨਾਂ ਦੇ ਅੰਗੇਸਟ ਜਿਹੜਾ ਹੈਗਾ ਇੱਕ ਮੁਹਿੰਮ ਲੈ ਕੇ ਚੱਲਣ ਦੀ ਲੋੜ ਆ। ਜਿਵੇਂ ਸਟੇਜ ਤੋਂ ਜੇ ਕਿਹਾ ਜਾਵੇ, ਕਿਉਂਕਿ ਅੱਜ ਤੁਹਾਨੂੰ ਹਿੰਦੂਆਂ ਨੇ ਇੱਕ ਤਰ੍ਹਾਂ ਦੇ ਨਾਲ ਸਨਮਾਨਿਤ ਕਰਿਆ, ਅਲੱਗ ਅਲੱਗ ਸੰਸਥਾਵਾਂ ਤੀਆਂ ਗਈਆਂ, ਉਹਦੇ ਵਿੱਚ ਕਿਹਾ ਜਾ ਸਕਦਾ ਹੈਗਾ, ਪਰ ਦੂਜੇ ਪਾਸੇ ਦੇਖਿਆ ਜਾਵੇ ਕਿਤੇ ਨਾ ਕਿਤੇ ਇਸ ਚੀਜ਼ ਨੂੰ ਲੈ ਕੇ ਤੁਹਾਨੂੰ ਨਹੀਂ ਲੱਗਦਾ ਵੀ ਕਨਿੰਗ ਸਿੰਘ ਜਦੋਂ ਹਿੰਦੂ ਨਵਰਸ਼ ਨੂੰ ਲੈ ਕੇ ਲੋਕਾਂ ਨੂੰ ਲਾਮਬੰਦ ਕਰ ਰਹੇ ਨੇ ਅਤੇ ਕੱਲ੍ਹ ਨੂੰ ਸਿੱਖੀ ਸਵਾਲ ਚੁੱਕੋ ਇਸ ਚੀਜ਼? ਦੇਖੋ, ਜਿਹੜੇ ਸਵਾਲ ਕਰਨੇ ਨੇ ਉਹ ਆਪਣਾ ਕਹੀ ਮੈਂ ਕੋਈ ਮਾੜਾ ਕਰਮ ਥੋੜ੍ਹੀ ਕੀਤਾ। ਅੱਜ ਸਿੱਖੀ ਨੂੰ ਅਸੀਂ ਪੂਰੀ ਦੁਨੀਆ ਦੇ ਵਿੱਚ ਲੈ ਕੇ ਜਦੋਂ ਪੰਜਾਬ ਦੀ ਗੱਲ ਆਉਂਦੀ, ਪੰਜਾਬੀਅਤ ਦੀ ਗੱਲ ਹੁੰਦੀ ਆ, ਉੱਥੇ ਇਹ ਨਹੀਂ ਕਿਹਾ ਗਿਆ ਕਿ ਇਹ ਹਰਜੀਤ ਸਿੰਘ ਆ ਜਾਂ ਕੋਈ ਹੋਰ ਆ। ਪੂਰੀ ਦੁਨੀਆ ਦੇ ਵਿੱਚ ਅੱਜ ਜੇ ਕਿਤੇ ਸਿੱਖੀ ਦੀ ਗੱਲ ਆਈ ਆ, ਅਯੋਧਿਆ ਸਿੱਖ ਪਾ ਲਓ, ਸਿਰਫ ਕੀ ਪਾਉਣਾ, ਅਯੋਧਿਆ ਸਿੱਖ ਪਾ ਲਓ, ਰਾਮ ਮੰਦਰ ਲੰਗਰ ਪਾ ਲਓ, ਨਿਹੰਗ ਸਿੰਘ ਪਾ ਲਓ, ਤਾਂ ਉਹ ਗੁਰੂ ਨਾਨਕ ਦਾ ਨਾਮ ਹੀ ਉੱਚਾ ਹੋਇਆ, ਸਮੂਹ ਪੰਜਾਬੀਅਤ ਦਾ ਨਾਮ ਉੱਚਾ ਹੋਇਆ। ਜਿਹੜੇ ਬੋਲਣ ਵਾਲੇ ਨੇ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਨਵਾਜ਼ ਕਰਨੀ ਤਾਂ ਇਹ ਪਸੰਦ ਕਰਦੇ ਨੇ, ਬਹੁਤ ਸਾਰੇ ਬਾਣੇ ਤੁਸੀਂ ਪਿਛਲੇ ਸਮੇਂ ਦੇਖੇ ਸੋਸ਼ਲ ਮੀਡੀਆ 'ਤੇ। ਲੇਕਿਨ ਜੇ ਮੰਦਰ ਵਿੱਚ ਜਾ ਕੇ ਅਸੀਂ ਆਰਤੀ ਆਰਤਾ ਕਰ ਲਾਂਗੇ, ਕਿਆ ਮਾੜਾ ਹੈਗਾ? ਸਾਡਾ ਆਪਣਾ ਸਮਾਜ ਆ, ਸਾਡੇ ਆਪਣੇ ਭਾਈਚਾਰੇ ਦੇ ਲੋਕ ਨੇ, ਸਾਨੂੰ ਸਾਰਿਆਂ ਨਾਲ ਮਿਲ ਕੇ ਹੀ ਇਹਨਾਂ ਦੇ ਨਾਲ ਅੱਗੇ ਵਧਣਾ ਪੈਣਾ, ਕੋਈ ਬੁਰੀ ਗੱਲ ਨਹੀਂ ਹੈ। ਨਵਰਾਤਰੇ ਨੂੰ ਲੈ ਕੇ ਜੇ ਕਿਹਾ ਜਾਵੇ, ਬੜੀ ਵੱਡੀ ਗੱਲ ਸੀ, ਤੁਸੀਂ ਸਟੇਜ 'ਤੇ ਚੱਪਲ ਤਾਰਤੀ, ਕਹਿੰਦੇ ਵੀ ਮੈਂ ਕਿਤੇ ਨਾ ਕਿਤੇ ਹੁਣ ਤੋਂ ਵਰਤ ਸ਼ੁਰੂ ਕਰਦਾ, ਇਹ ਚੀਜ਼ ਲੱਗਦਾ ਤੁਹਾਨੂੰ ਕਿ ਇਹ ਕਿਹੜੇ ਪਾਸੇ ਨੂੰ ਜਾਊਗੀ? ਇਹਦੇ ਵਿੱਚ ਕਾਰਨ ਕੀ ਹੈ, ਜਿੱਥੇ ਸਾਡੇ ਸਿੱਖ ਭਟਕ ਰਹੇ ਨੇ, ਬਹੁਤ ਸਾਰੇ ਸਾਡੇ ਹਿੰਦੂ ਭੈਣ ਭਾਈ ਵੀ ਜਿਹੜੇ ਨੇ ਆਪਣੇ ਧਰਮ ਤੋਂ ਟੁੱਟਦੇ ਜਾ ਰਹੇ ਨੇ, ਉਹਨਾਂ ਨੂੰ ਮੋਟੀਵੇਟ ਕਰਨਾ ਵੀ ਸਾਡਾ ਹੀ ਧਰਮ ਹੈ, ਜਿੱਥੇ ਸਾਡੇ ਗੁਰੂਆਂ ਨੇ ਮੰਦਰ ਬਣਾਏ ਨੇ। ਜੇ ਉਹ ਇਹਨਾਂ ਚੀਜ਼ਾਂ ਦੇ ਅਗੇਂਸਟ, ਉਹਨਾਂ ਨੇ ਮੰਦਰ ਬਣਾਉਣੇ ਨਹੀਂ ਸੀ, ਉਹਨਾਂ ਨੇ ਜਨੇਊ ਦੀ ਰੱਖਿਆ ਤਾਂ ਕੀਤੀ ਆ। ਜੇ ਜਨੇਊ ਉਹਨਾਂ ਦਾ ਆਪ ਦਾ ਜਿਹੜਾ ਹੈਗਾ ਸਮਾਜ ਨੂੰ ਸਾਂਝੀ ਵਾਰਤਾ ਦੀ ਲੈ ਕੇ ਚੱਲੇ ਆ, ਅੱਜ ਸਾਡੇ ਸਮਾਜ ਨੂੰ ਮੋਟੀਵੇਟ ਕਰਨ, ਸਾਂਝੀ ਵਾਰਤਾ ਦੀ ਗੱਲ ਕਰਨ ਵਾਸਤੇ, ਆਪਸੀ ਪਿਆਰ ਨੂੰ ਵਧਾਉਣ ਵਾਸਤੇ, ਅਗਰ ਮੈਨੂੰ 10-12 ਦਿਨ ਨਹੀਂ ਖਾਊਂਗਾ ਤਾਂ ਮਰਨ ਥੋੜ੍ਹੀ ਲੱਗਿਆ। ਦੇਖਿਆ ਜਾਵੇ ਇਹ ਤਾਂ ਬਿਲਕੁਲ ਉਲਟ ਹੋ ਜਾਊਗਾ ਬਾਬਾ ਜੀ, ਜਿਹੜੇ ਹਿਸਾਬ ਦੇ ਨਾਲ, ਕਿਉਂਕਿ ਇਹ ਠੀਕ ਹੈ ਵੀ ਸਹਿਯੋਗੀ ਤੌਰ 'ਤੇ ਏਕਤਾ ਦੇ ਤੌਰ 'ਤੇ ਅਸੀਂ ਜ਼ਰੂਰ ਦੇਖਦੇ ਹਾਂ, ਪਰ ਜਿਹੜੀਆਂ ਸਿੱਖ ਮਰਿਆਦਾਵਾਂ ਨੇ ਉਹ ਤਾਂ ਉਹ ਅਲਾਓ ਕਰਦੀਆਂ ਜੀ। ਦੇਖੋ, ਸਿੱਖ ਮਰਿਆਦਾ ਇਹ ਤਾਂ ਨਹੀਂ ਕਹਿੰਦੀਆਂ ਕਿ ਤੁਸੀਂ ਦੂਸਰੇ ਧਰਮ ਦਾ ਸਤਿਕਾਰ ਨਾ ਕਰੋ, ਸਿੱਖ ਮਰਿਆਦਾ ਇਹ ਤਾਂ ਨਹੀਂ ਕਹਿੰਦੀਆਂ ਹੈਗੀਆਂ ਕਿ ਤੁਸੀਂ ਦੂਸਰੇ ਧਰਮਾਂ ਦਾ ਪਿਆਰ ਨਾ ਕਰੋ। ਸਿੱਖ ਮਰਿਆਦਾ ਹਮੇਸ਼ਾ ਜਿਹੜਾ ਹੈਗਾ ਸਿੱਖ ਅਤੇ ਸਨਾਤਨ ਜਿਹੜਾ ਸਾਡਾ ਦੇਸ਼ ਹੈ ਉਹਦੀ ਸਾਂਝੀ ਗੱਲ ਕਰਦੀ ਆ ਸਿੱਖੀ, ਨਾ ਕਿ ਤੋੜਨ ਦੀ ਗੱਲ ਕਰਦੀ ਆ। ਜੋੜਨ ਦਾ ਨਾਮ ਸਿੱਖੀ ਆ, ਨਾ ਕਿ ਤੋੜਨ ਦਾ ਨਾਮ ਸਿੱਖੀ ਆ। ਸੋ ਜਿਨ੍ਹਾਂ ਨੇ ਗੱਲਾਂ ਕਰਨੀਆਂ ਉਹਨਾਂ ਨੂੰ ਮੁਸਲਮਾਨ ਕੋਈ ਜੱਫੀ ਪਾ ਲਵੇ, ਉਹਦੇ ਨਾਲ ਜਾ ਕੇ ਰੋਜ਼ਾ ਖਿਲਾ ਦਿੰਦੇ ਨੇ, ਉਹਨਾਂ ਦੇ ਨਾਲ ਨਵਾਜ਼ਾਂ ਲਵਾ ਦਿੰਦੇ, ਗੁਰਦੁਆਰਿਆਂ ਵਿੱਚ ਰੋਜ਼ੇ ਖੁੱਲ੍ਹਦੇ ਨਜ਼ਰ ਆ ਰਹੇ ਨੇ, ਗੁਰਦੁਆਰਿਆਂ ਵਿੱਚ ਉਹਨਾਂ ਨੂੰ ਸਮਾਨ ਜਿਹੜਾ ਹੈਗਾ ਖਾਣ ਪੀਣ ਦਾ ਉਹਨਾਂ ਨੂੰ ਪਰੋਸਿਆ ਜਾ ਰਿਹਾ। ਜੇ ਮੈਂ ਕੋਈ ਨਵਰਾਤਰਿਆਂ ਦੇ ਵਿੱਚ ਆਪਣੇ ਹਿੰਦੂ ਸਮਾਜ, ਆਪਣੇ ਸਨਾਤਨ ਭਾਈਆਂ ਵਾਸਤੇ ਕੋਈ ਕਾਰਜ ਕਰਦਾ ਤਾਂ ਉਹ ਚੁੱਭਦਾ, ਕਹਿੰਦੇ ਤੂੰ ਮਾਰੇ ਤੇ ਠੋਲੇ ਤੇ ਅਸੀਂ ਮਾਰੇ ਪੋਲੇ ਪੋਲੇ, ਇਹ ਤਾਂ ਉਹ ਗੱਲ ਹੋ ਗਈ। ਨਾਲ ਜਿਹੜੀ ਇੱਕ ਤੁਸੀਂ ਉਦਾਹਰਣ ਦਿੱਤੀ, ਕਹਿੰਦੇ ਵੀ ਕਿਉਂਕਿ ਯੋਗੀ ਨੂੰ ਲੈ ਕੇ ਪਤਾ ਹੀ ਹੈ ਸਾਰਿਆਂ ਨੂੰ ਵੀ ਕਿਸ ਤਰ੍ਹਾਂ ਦੇ ਨਾਲ ਥੋੜ੍ਹਾ ਜ਼ਿਆਦਾ ਸਖਤੀ ਨਾਲ ਚੱਲਦੇ ਨੇ, ਖਾਸ ਤੌਰ 'ਤੇ ਜੇ ਹਿੰਦੂ ਜਦੋਂ ਏਜੰਡੇ ਦੀ ਗੱਲ ਆਉਂਦੀ ਹੈਗੀ, ਕਿਉਂਕਿ ਉਹਨਾਂ ਦਾ ਇੱਕ ਲਾਈਨ ਬੜੀ ਕਲੀਅਰ ਹੈ। ਪਰ ਦੂਜੇ ਪਾਸੇ ਤੁਸੀਂ ਕਿਹਾ, ਕਹਿੰਦੇ ਵੀ ਜਿਹੜੀਆਂ ਕਿਤੇ ਨਾ ਕਿਤੇ ਮੁਸਲਮਾਨਾਂ ਨੂੰ ਲੈ ਕੇ ਤੁਸੀਂ ਇਹ ਗੱਲ ਕਹੀ, ਕਹਿੰਦੇ ਨਵਰਾਤਰਿਆਂ ਦੇ ਸਮੇਂ ਦੇ ਦੌਰਾਨ ਜਿਹੜੇ ਉੱਥੋਂ ਭਾਂਡੇ ਚੱਕ ਦਿੱਤੇ ਜਾਂਦੇ ਨੇ ਜਦੋਂ ਪੰਜਾਬ ਆਉਣੇ, ਉਹ ਦਿਖਣੇ ਸ਼ੁਰੂ ਹੋ ਜਾਂਦੇ? ਦੇਖੋ, ਇਹਦੇ ਵਿੱਚ ਸਾਡੇ ਵਾਸਤੇ ਸ਼ਰਮ ਦੀ ਗੱਲ ਹੈ, ਸਾਡੇ ਪੰਜਾਬ ਵਾਸਤੇ ਸ਼ਰਮ ਦੀ ਗੱਲ ਹੈ, ਸਿੱਖਾਂ ਵਾਸਤੇ ਸ਼ਰਮ ਦੀ ਗੱਲ ਹੈ ਕਿ ਅੱਜ ਪੰਜਾਬ ਦੇ ਵਿੱਚ ਜਦੋਂ ਗੁਰੂਆਂ ਦੇ ਰਾਹਾਂ 'ਤੇ ਜਾਂਦੇ ਹਾਂ ਤਾਂ ਉਹ ਬੜੇ ਬੜੇ ਹਲਾਲ ਦੇ ਜਿਹੜੇ ਡੱਬੇ ਪਏ ਨੇ, ਉਹਨਾਂ ਦੇ ਵੱਡੇ ਵੱਡੇ ਭਾਂਡੇ,
ਉਹ ਮੇਰੇ ਹਿੱਕ ਤੇ ਚੁਭਦੇ ਨੇ। ਮੈਨੂੰ ਬੜੀ ਤਕਲੀਫ ਹੁੰਦੀ ਆ ਕਿ ਸਾਡੇ ਇਸ ਪਾਵਨ ਧਰਤੀ ਤੇ ਉਸ ਹਲਾਲ ਨੂੰ ਪਰੋਸਿਆ ਜਾ ਰਿਹਾ, ਜਦੋਂ ਕਿ ਸਾਡਾ ਇਹ ਧਰਮ ਇਹਨੂੰ ਇਜਾਜ਼ਤ ਨਹੀਂ ਦਿੰਦਾ, ਕਿਉਂਕਿ ਸਾਡੇ ਧਰਮ ਦੇ ਬਿਲਕੁਲ ਇਹ ਸਾਨੂੰ ਜਦੋਂ ਅੰਮ੍ਰਿਤ ਛਕਦੇ ਆ ਸਾਨੂੰ ਝਟਕੇ ਦੀ ਗੱਲ ਹੁੰਦੀ ਹੈ, ਹਲਾਲ ਦੀ ਗੱਲ ਨਹੀਂ ਪਰਵਾਨ ਆ। ਅਤੇ ਸਾਡੇ ਲੋਕ ਕਿਵੇਂ ਖਾ ਲੈਂਦੇ ਨੇ, ਜਿਹੜੇ ਖਾਂਦੇ ਨੇ ਉਹਨਾਂ ਦੇ ਛਿੱਤਰ ਪੈਣੇ ਨੇ, ਜਿਹੜੇ ਬਣਾਉਂਦੇ ਨੇ ਉਹਨਾਂ ਦੇ ਛਿੱਤਰ ਪੈਣੇ। ਮੁਸਲਮਾਨ ਇਹ ਤਾਂ ਨਹੀਂ ਜਾਊ ਵੀ ਨਿੰਗ ਸਿੰਘ ਹਰਜੀਤ ਸਿੰਘ ਰਸੂਲਪੁਰ ਨੇ ਜਿਹੜੇ ਮੁਸਲਮਾਨਾਂ ਦੇ ਐਂਟੀ ਹੋ ਗਏ? ਦੇਖੋ ਮੈਂ ਕਿਸੇ ਐਂਟੀ ਹੋਣਾ ਅਲੱਗ ਪਾਰਟ ਹੈ, ਜਿੱਥੇ ਸਾਡੀ ਸਿੱਖੀ ਦਾ ਘਾਣ ਹੋ ਰਿਹਾ, ਜਿੱਥੇ ਸਾਡੀ ਮਿੱਟੀ ਨੂੰ ਖਤਮ ਕਰਿਆ ਜਾ ਰਿਹਾ। ਗੁਰੂ ਗੋਬਿੰਦ ਸਿੰਘ ਮਹਾਰਾਜ ਮੁਗਲਾਂ ਦੇ ਜਿਹੜੇ ਹੈਗੇ ਆ ਉਹਨਾਂ ਦੇ ਦੁਰਕਰਮ ਨੇ ਜਿਹੜੇ ਉਹਦੇ ਅੰਗੇਸਟ ਲੜਦੇ ਆਏ ਨੇ, ਉਹ ਕੋਈ ਮਾੜੀ ਗੱਲ ਥੋੜ੍ਹੀ ਆ। ਅੱਜ ਜੇ ਹਿੰਦੁਸਤਾਨ ਦੇ ਵਿੱਚ ਜੇ ਕਿਤੇ ਆਪਾਂ ਇਹਨਾਂ ਹਲਾਲ ਨੂੰ ਖਤਮ ਕਰਨ ਦੀ ਗੱਲ ਕੀਤੀ, ਇੱਕ ਜੀਵ ਹੈ, ਜੀਵ ਨੂੰ ਤੜਫਾ ਤੜਫਾ ਕੇ ਮਾਰਨ ਦਿਆ ਜਾਂਦਾ ਹੈਗਾ, ਜਦਕਿ ਗੁਰਬਾਣੀ ਕਹਿੰਦੀ ਚੀਟੀ ਤੇ ਕੂਚਾ ਰਸੂਲਾ ਸਰਪ ਕਿਰਪਾ ਦ੍ਰਿਸ਼ਕਾ ਪੂਲਾ, ਉਹਨੂੰ ਤੜਫਾ ਤੜਫਾ ਕੇ ਮਾਰਨ ਦੀ ਜਦੋਂ ਗੱਲ ਕਹੀ, ਜਦੋਂ ਇਹਨਾਂ ਚੀਜ਼ਾਂ ਨੂੰ ਆਉਂਦਾ ਤਾਂ ਸਾਡੇ ਗੁਰੂਆਂ ਦੀ ਸ਼ਹੀਦਾਂ ਦੀ ਧਰਤੀ 'ਤੇ ਉਹ ਚੀਜ਼ਾਂ ਮਿਲਣ ਤਾਂ ਸਾਡੇ ਵਾਸਤੇ ਸ਼ਰਮ ਦੀ ਗੱਲ ਹੈ। ਅਤੇ ਮੈਂ ਤਾਂ ਚਾਹੂੰਗਾ ਕਿ ਜੋਗੀ ਜੀ ਨੂੰ ਥੋੜ੍ਹਾ ਜਿਹਾ ਫੇਰਾ ਪੰਜਾਬ ਵੱਲ ਵੀ ਪਾਉਣਾ ਚਾਹੀਦਾ। ਪਰ ਲਾਸਟ 'ਚ ਮੈਂ ਪੁੱਛਾਂ, ਇਹ ਮੁਹਿੰਮ ਇਸੇ ਤਰ੍ਹਾਂ ਦੇ ਨਾਲ ਚੱਲਦੀ ਰਹੂਗੀ ਨਵ ਵਰਸ਼ ਨੂੰ ਲੈ ਕੇ? ਖੈਰ ਤੁਸੀਂ ਅਪ੍ਰੈਲ ਫਸਟ ਅਪ੍ਰੈਲ ਵਾਲੀ ਉਦਾਹਰਨ ਵੀ ਖੈਰ ਦਿੱਤੀ, ਕਹਿੰਦੇ ਅੰਗਰੇਜ਼ ਤਾਂ ਫੁੱਲ ਬਣਾ ਕੇ ਤੁਰ ਗਏ ਸਰ। ਆਲਰੇਡੀ ਇਹ ਫੁੱਲ ਹੀ ਨੇ, ਅੱਜ ਪਹਿਲਾਂ ਤਾਂ ਉਹ ਕਹਿ ਕੇ ਗਏ ਨੇ, ਉਹ ਕਹਿ ਕੇ ਗਏ ਨੇ ਕਿ ਤੁਸੀਂ ਫੂਲ ਹੈ, ਇਹ ਜਿਹੜੇ ਅਪ੍ਰੈਲ ਫੂਲ ਮਨਾਉਂਦੇ ਨੇ ਆਲਰੇਡੀ ਫੂਲ ਨੇ। ਬਹੁਤ ਬਹੁਤ ਧੰਨਵਾਦ। ਅਤੇ ਉਹਨਾਂ ਨੇ ਸਪਸ਼ਟ ਰੂਪ 'ਚ ਕਿਤੇ ਨਾ ਕਿਤੇ ਹਰਜੀਤ ਸਿੰਘ ਹੋਰਾਂ ਦਾ ਕਹਿਣਾ ਕਿ ਗੱਲ ਤਾਂ ਏਕਤਾ ਦੀ ਹੈ, ਪਰ ਫਰਕ ਇੰਨਾ ਕਿ ਜਦੋਂ ਕੋਈ ਕਹਿੰਦੇ ਮੁਸਲਮਾਨਾਂ ਨੂੰ ਗਲੇ ਲਾਉਂਦਾ ਤਾਂ ਉਹ ਤਾਂ ਠੀਕ ਹੈ, ਪਰ ਜੇਕਰ ਅਸੀਂ ਹਿੰਦੂਆਂ ਦੀ ਗੱਲ ਕਰਦੇ ਹਾਂ ਜਾਂ ਸਨਾਤਨ ਦੀ ਗੱਲ ਕਰਦੇ ਹਾਂ ਤਾਂ ਫਿਰ ਉਹ 'ਤੇ ਇਤਰਾਜ਼ ਨਹੀਂ ਹੋਣਾ ਚਾਹੀਦਾ, ਕਿਉਂਕਿ ਸਰਵ ਧਰਮ ਹੈ ਜਿਹੜਾ ਉਹ ਏਕਤਾ ਦੀ ਗੱਲ ਕਰਦਾ ਹੈਗਾ। ਸੀਨੀਅਰ ਵੀਡੀਓ ਸਮਿਤ ਦੇ ਨਾਲ ਸਮਿਤ ਸਿੰਘ ਰੋਜ਼ਾਨਾ ਟੀਵੀ ਚੰਡੀਗੜ੍ਹ।